ਪੰਜਾਬ ਦੇ ਸਿੱਖਿਆ ਮੰਤਰੀ ਓ ਪੀ ਸੋਨੀ ਨੇ 5178 ਅਧਿਆਪਕਾਂ ਨੂੰ ਅਗਲੇ ਮਹੀਨੇ ਤੋਂ ਪੂਰੀ ਤਨਖਾਹ ਤੇ ਪੱਕਾ ਕਰਨ ਦਾ ਐਲਾਨ ਕੀਤਾ ਏ। ਸੋਨੀ ਨੇ ਕਿਹਾ ਕਿ ਪੰਜਾਬ ਕੈਬਨਿਟ ਦੀ ਅਗਲੀ ਬੈਠਕ ਵਿਚ ਇਸ ਮਤੇ ਤੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਧਰਨਿਆਂ ਵਿਚ ਸ਼ਾਮਲ ਹੋਣ ਵਾਲੇ 5 ਅਧਿਆਪਕ ਆਗੂਆਂ ਨੂੰ ਟਰਮੀਨੇਟ ਕੀਤੇ ਜਾਣ ਦੇ ਫੈਸਲੇ ਦੀ ਨਜ਼ਰਸਾਨੀ ਵੀ ਕੀਤੀ ਜਾਵੇਗੀ। ਬਿਲਕੁਲ ਠੀਕ ਹੈ, ਅਸੀਂ ਕੈਬਨਿਟ 'ਚ ਇਹ ਲੈ ਕੇ ਜਾ ਰਹੇ ਹਾਂ। ਜਿੰਨੇ ਵੀ 5178 ਵਾਲੇ ਸਾਡੇ ਟੀਚਰ ਨੇ ਉਹਨਾਂ ਦਾ ਟਾਈਮ ਪੂਰਾ ਹੋ ਗਿਆ, 3 ਸਾਲ ਤੋਂ ਉੱਪਰ ਹੋ ਗਏ ਨੇ। ਉਹਨਾਂ ਨੂੰ ਫੁੱਲ ਸੈਲਰੀ ਫੁੱਲ ਪੇ ਸਕੇਲ ਜਿਹੜੇ ਨੇ ਉਹ ਜਨਵਰੀ ਦੇ ਵਿੱਚ ਹੀ ਦਿੱਤੇ ਜਾਣਗੇ। ਉਹ ਸੀ ਐੱਮ ਸਾਹਿਬ ਕੋਲ ਫਾਈਲ ਪਹੁੰਚ ਚੁੱਕੀ ਹੈ, ਅਸੀਂ ਇੱਕ ਮੀਟਿੰਗ ਕਰ ਰਹੇ ਹਾਂ। ਉਸ ਤੋਂ ਪਹਿਲਾਂ ਸੀ ਐੱਮ ਸਾਹਿਬ ਮੀਟਿੰਗ ਬੁਲਾ ਰਹੇ, ਫਾਈਨਾਂਸ ਵਾਲਿਆਂ ਦੀ, ਫਾਈਨਾਂਸ ਮਿਨਿਸਟਰ ਹੋਣਗੇ, ਮੈਂ ਆਵਾਂਗਾ, ਸਾਰਾ ਉਸ ਮੀਟਿੰਗ ਕਰਕੇ ਇਸ ਏਜੰਡੇ 'ਚ ਕੈਬਨਿਟ 'ਚ ਉਹ ਸਾਰਾ ਚੱਲ ਜਾਏਗਾ। ਉਸ ਤੋਂ ਬਾਅਦ ਇਹਨਾਂ ਦਾ ਸਾਰਾ ਸਾਡਾ ਕੋਈ ਕਿਸੇ ਨਾਲ ਵੈਰ ਨਹੀਂ, ਸਾਡਾ ਕੋਈ ਯੂਨੀਅਨ ਦੇ ਲੀਡਰ ਨਾਲ ਕੋਈ ਨਹੀਂ, ਸਾਡੇ ਉਹ ਵੀ ਭਰਾ ਭਾਈ ਨੇ। ਮੈਂ ਨਹੀਂ ਕਹਿੰਦਾ ਕਿ ਸਾਡੀ ਐਜੂਕੇਸ਼ਨ ਦਾ ਨੁਕਸਾਨ ਹੋਏ, ਸਾਡੇ ਬੱਚਿਆਂ ਦਾ ਨੁਕਸਾਨ ਹੋਏ, ਪੇਪਰ ਸਿਰ 'ਤੇ ਨੇ। ਹੁਣ ਮਹਿਕਮੇ ਵਾਲਿਆਂ ਨੇ ਜੇ ਹੇਠਾਂ ਕੋਈ ਮਜਬੂਰੀ ਨਾਲ ਕਰ ਦਿੱਤਾ ਤਾਂ ਮੈਂ ਬੈਠਾ, ਮੈਨੂੰ ਮਿਲਣਾ, ਮੈਨੂੰ ਮਿਲਣਾ, ਨਾ ਵੀ ਮਿਲਣਗੇ ਤਾਂ ਵੀ ਮੈਂ ਵੇਖ ਰਿਹਾ।